ਸਤਿ ਸ਼੍ਰੀ ਅਕਾਲ ਜੀ ਮੈਂ ਸਿੱਧੂ ਲੈ ਕੇ ਹਾਜ਼ਰ ਹਾਂ ਟੌਪ 20 ਨਿਊਜ਼ ਐਂਡ ਥਿਸ ਵੀਡੀਓ ਇਸ ਸਪான்ਸਰਡ ਬਾਈ ਤੋਬਾ ਸਵੀਟਸ ਐਂਡ ਰੈਸਟੋਰੈਂਟਸ ਐਂਡ ਐਕਿਨੌਕਸ ਲੋਜਿਸਟਿਕਸ ਬੈਂਕ ਆਫ ਕਨਾ ਨੇ ਵਿਆਜ ਦਰ ਘਟਾ ਕੇ 3.75% ਕੀਤੀ ਬੈਂਕ ਆਫ ਕਨਾ ਨੇ ਵਿਆਜ ਦਰਾਂ 'ਚ 50 ਆਧਾਰ ਅੰਕਾਂ ਦੀ ਕਟੌਤੀ ਕਰਦੇ ਇਸ ਨੂੰ 3.75% ਕਰ ਦਿੱਤਾ ਹੈ ਕੋਵਿਡ ਮਹਾਮਾਰੀ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਬੈਂਕ ਨੇ ਇੰਨੀ ਵੱਡੀ ਕਟੌਤੀ ਕੀਤੀ ਹੈ ਅਰਥ ਸ਼ਾਸਤਰੀ ਕੇਂਦਰੀ ਬੈਂਕ ਵੱਲੋਂ ਇਸੇ ਤਰ੍ਹਾਂ ਦੀ ਆਮ ਨਾਲੋਂ ਵੱਡੀ ਕਟੌਤੀ ਦੀ ਉਮੀਦਕਾਰ ਰਹੀ ਸੀ ਮਹਿੰਗਾਈ ਦੀਆਂ ਚਿੰਤਾਵਾਂ ਘਟਣ ਮਗਰੋਂ ਬੈਂਕ ਨੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਵਿਆਜ ਦਰਾਂ 'ਚ ਘਟਾ ਤੇ ਤੇ ਫੋਕਸ ਕੀਤਾ ਜੋ ਉੱਚ ਦਰਾਂ ਦੇ ਦਬਾਅ ਕਰਕੇ ਹੌਲੀ ਹੋ ਗਿਆ ਹੈ ਕਮਲਾ ਹਾਰਿਸ 'ਤੇ ਸਮਰਥਨ ਚ ਆਏ ਬਿਲ ਗੇਟਸ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਨੂੰ 2 ਹਫ਼ਤੇ ਹੀ ਰਹਿ ਗਏ ਸਾਰੇ ਸਰਵੇਖਣ ਕਮਲਾ ਹਾਰਿਸ ਦੇ ਪੱਖ ਚ ਜਾ ਰਹੇ ਹੈ ਔਰ ਸਵਿੰਗ ਰਾਜਾਂ ਚ ਟਰੰਪ ਤੋਂ 2.5 ਪ੍ਰਤੀਸ਼ਤ ਅੰਕਾਂ ਨਾਲ ਅੱਗੇ ਹੈ ਉੱਥੇ ਕਮਲਾ ਹਾਰਿਸ ਨੂੰ ਅਰਬਪਤੀਆਂ ਦਾ ਸਮਰਥਨ ਦਿਨੋ-ਦਿਨ ਹੋਰ ਵੀ ਵਧਦਾ ਜਾ ਰਿਹਾ ਹੈ ਦਰਸਲ ਕਮਲਾ ਹਾਰਿਸ ਨੂੰ ਸਮਰਥਨ ਦੇਣ ਵਾਲਿਆਂ ਦੀ ਸੂਚੀ ਚ ਹੋਣ ਮਾਈਕਰੋਸਾਫਟ ਦੇ ਸੈਸਨ ਸਥਾਪਕ ਅਰਬਪਤੀ ਬਿਲ ਗੇਟਸ ਨੇ ਕਮਲਾ ਹਾਰਿਸ ਲਈ ਆਪਣਾ ਸਮਰਥਨ ਜ਼ਾਹਰ ਕੀਤਾ ਹੈ ਇੰਗਲਿਸ਼ ਚੈਨਲ 'ਚੋਂ ਦੋ ਪ੍ਰਵਾਸੀਆਂ ਦੀਆਂ ਲਾਸ਼ਾਂ ਬਰਾਮਦ ਫਰਾਂਸ ਦੀ ਸਮੁੰਦਰੀ ਅਧਿਕਾਰੀਆਂ ਨੇ ਇੰਗਲਿਸ਼ ਚੈਨਲ 'ਚ ਕਿਸ਼ਤੀ ਹਾਦਸੇ ਤੋਂ ਬਾਅਦ ਦੋ ਪ੍ਰਵਾਸੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਅਧਿਕਾਰੀਆਂ ਨੇ ਕਿਹਾ ਕਿ ਇਸ ਸਾਲ ਹੁਣ ਤੱਕ ਫਰਾਂਸ ਦੇ ਜਲ ਖੇਤਰ 'ਚ ਆਪਣੀਆਂ ਜਾਨਾਂ ਗੁਆਣ ਤੇ ਲਾਪਤਾ ਹੋਏ ਪ੍ਰਵਾਸੀਆਂ ਦੀ ਗਿਣਤੀ 50 ਤੋਂ ਵੱਧ ਹੋ ਗਈ ਹੈ ਉਹਨਾਂ ਨੇ ਦੱਸਿਆ ਕਿ ਕਿਸ਼ਤੀ ਹਾਦਸੇ ਵਿੱਚੋਂ 40 ਹੋਰ ਲੋਕਾਂ ਨੂੰ ਬਚਾ ਲਿਆ ਗਿਆ ਕੈਂਪਸ ਪਰਦਰਸ਼ਨ ਦੌਰਾਨ 3 ਵਿਦਿਆਰਥੀ ਜ਼ਖਮੀ ਪਾਕਿਸਤਾਨ ਦੀ ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀ ਕथित ਖੁਦਕੁਸ਼ੀ, ਛੇੜਖਾਨੀ ਤੇ ਹੋਰ ਮੁੱਦਿਆਂ ਨੂੰ ਲੈ ਕੇ ਸੁਰੱਖਿਆ ਗਾਰਡ ਨਾਲ ਕੈਂਪਸ 'ਚ ਝੜਪ ਦੌਰਾਨ ਘੱਟੋ-ਘੱਟ 3 ਵਿਦਿਆਰਥੀ ਜ਼ਖਮੀ ਹੋ ਗਏ ਐ। ਝੜਪ 'ਚੋਂ 10 ਸੁਰੱਖਿਆ ਗਾਰਡ ਤੇ 1 ਪੁਲਿਸ ਅਧਿਕਾਰੀ ਵੀ ਜ਼ਖਮੀ ਹੋਇਆ ਜਦੋਂ ਪੰਜਾਬ ਯੂਨੀਵਰਸਿਟੀ ਸਟੂਡੈਂਟ ਫੈਡਰੇਸ਼ਨ ਦੇ ਬੈਨਰ ਹੇਠ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਵਿਦਿਆਰਥਣ ਵੱਲੋਂ ਕਥਿਤ ਤੌਰ ਤੇ ਖੁਦਕੁਸ਼ੀ ਕਰਨ ਛੇੜਛਾੜ ਖੁਫੀ ਏਜੰਸੀਆਂ ਦੁਆਰਾ ਵਿਦਿਆਰਥੀਆਂ ਖਾਸ ਕਰਕੇ ਬਲੋਚ ਵਿਦਿਆਰਥੀਆਂ ਦੀ ਪ੍ਰੋਫਾਈਲਿੰਗ ਤੇ ਫੀਸਵਾਦੀ ਜੀਆਂ ਮੰਗਾ ਚੁੱਕੀਆਂ ਗਈਆਂ ਬ੍ਰਿਕਸ ਨੇ ਕਾਜ਼ਾ 'ਚ ਜੰਗਬੰਦੀ ਦੀ ਕੀਤੀ ਅਪੀਲ ਬ੍ਰਿਕਸ ਦੇਸ਼ਾਂ ਦੇ ਨੇਤਾਵਾਂ ਨੇ ਕਾਜ਼ਾ ਪੱਟੀ 'ਚ ਤੁਰੰਤ ਤੇ ਸਥਾਈ ਜੰਗਬੰਦੀ ਤੇ ਦੋਵਾਂ ਪਾਸਿਆਂ ਤੋਂ ਬੰਦਕਾਂ ਦੀ ਰਿਹਾਈ ਦੀ ਅਪੀਲ ਕੀਤੀ ਹੈ ਬ੍ਰਿਕਸ ਦੇਸ਼ਾਂ ਦੇ ਨੇਤਾਵਾਂ ਨੇ ਇਜ਼ਰਾਈਲ ਦੀ ਫੌਜੀ ਕਾਰਵਾਈ ਦੀ ਵੀ ਨਿੰਦਾ ਕੀਤੀ ਜਿਸ ਦੇ ਕਾਰਨ ਖੇਤਰ ਵਿੱਚ ਨਾਗਰਿਕਾਂ ਦੀ ਵੱਡੇ ਪੱਧਰ ਤੇ ਹਤਿਆਮਾਂ ਹੋਈਆਂ ਪੱਛਮੀ ਏਸ਼ੀਆ ਵਿੱਚ ਵਾਦੇ ਸੰਘਰਸ਼ ਦਾ ਮੁੱਦਾ ਤਜਾਨਕੋਸ਼ਨਾ ਪੱਧਰ 'ਤੇ ਪ੍ਰਮੁੱਖਤਾ ਨਾਲ ਸਾਹਮਣੇ ਆਇਆ ਜਿਸ ਨੂੰ ਰੂਸੀ ਸ਼ਹਿਰ 'ਚ ਸਮੂਹਿਕ ਦੇ 16ਵੇਂ ਸਿਕਰ ਸਮੀਲਨ 'ਚ ਸ਼ਾਮਲ ਹੋਣ ਵਾਲੇ ਨੇਤਾਵਾਂ ਦੁਆਰਾ ਅਪਣਾਇਆ ਗਿਆ ਹੈ ਉੱਤਰੀ ਕੋਰੀਆ ਨੇ 1500 ਹੋਰ ਸੈਨਿਕ ਰੂਸ ਭੇਜੇ ਦੱਖਣੀ ਕੋਰੀਆ ਦੇ ਖੁਫੀਆ ਵਿਭਾਗ ਦੇ ਮੁਖੀ ਨੇ ਸੰਸਦ ਮੈਂਬਰਾਂ ਨੂੰ ਦੱਸਿਆ ਹੈ ਕਿ ਉੱਤਰੀ ਕੋਰੀਆ ਨੇ ਯੂਕਰੇਨ ਖਿਲਾਫ ਜੰਗ 'ਚ ਸਹਾਇਕ ਵਜਤ 1500 ਹੋਰ ਫੌਜੀ ਰੂਸ ਭੇਜੇ ਹੈ ਐਨਆਈਐਸ ਦੇ ਡਾਇਰੈਕਟਰ ਤਾਈ ਯੋਂਗ ਨੇ ਸੰਸਦਿਕ ਕਮੇਟੀ ਦੀ ਮੀਟਿੰਗ 'ਚ ਕਿਹਾ ਕਿ ਉਨ੍ਹਾਂ ਦੀ ਏਜੰਸੀ ਨੇ ਦੇਖਿਆ ਹੈ ਕਿ ਉੱਤਰੀ ਕੋਰੀਆ ਨੇ 1500 ਵਾਧੂ ਫੌਜੀ ਰੂਸ ਭੇਜੇ ਹੈ ਪੀਐਮ ਮੋਦੀ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿੰਪਿੰਗ ਨਾਲ ਕੀਤੀ ਦਵੱਲੀ ਗੱਲਬਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬ੍ਰਿਕਸ ਸਮੇਲਨ ਤੋਂ ਇਲਾਵਾ ਚੀਨੀ ਰਾਸ਼ਟਰਪਤੀ ਸ਼ੀ ਜਿੰਪਿੰਗ ਨਾਲ ਦਵੱਲੀ ਗੱਲਬਾਤ ਕੀਤੀ ਹੈ ਜੋ ਮਈ 2020 ਵਿੱਚ ਪੂਰਬੀ ਲਦਾਖ ਸਰਹੱਦੀ ਵਿਵਾਦ ਪੈਦਾ ਹੋਣ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਸਿੱਖਣ ਲਈ ਪੱਧਰ ਤੇ ਅਜਿਹੀ ਪਹਿਲੀ ਬੈਠਕ ਹੈ ਇਹ ਗੱਲਬਾਤ ਅਜਿਹੀ ਸਮੇਂ ਚੋਈ ਹੈ ਜਦੋਂ ਇੱਕ ਦਿਨ ਪਹਿਲਾਂ ਹੀ ਭਾਰਤ ਤੇ ਚੀਨ ਪੂਰਬੀ ਲਦਾਖ 'ਚ ਅਸਲ ਕੰਟਰੋਲ ਰੇਖਾ ਤੇ ਆਪਣੀਆਂ ਫੌਜਾਂ ਦੁਆਰਾ ਗਸ਼ਤ ਕਰਨ ਦੇ ਸਮਝੌਤੇ ਤੇ ਸ਼ਾਮ ਤੇ ਜੁਤਾਈ ਸੀ ਸ਼੍ਰੀਲੰਕਾ 'ਚ ਇਜ਼ਰਾਈਲੀਆਂ ਤੇ ਹਮਲੇ ਦਾ ਖਦਸ਼ਾ ਇਲਾਕੇ 'ਚੋਂ ਵਿਦੇਸ਼ੀ ਸਲਾਨੀਆਂ ਖਾਸ ਕਰਕੇ ਇਜ਼ਰਾਈਲੀਆਂ ਖਿਲਾਫ ਸੰਭਾਵਿਤ ਹਮਲੇ ਦੀ ਸੂਚਨਾ ਤੋਂ ਬਾਅਦ ਅਰੁਗਮ ਖਾੜੀ ਦੇ ਪੂਰਬੀ ਤਾਟ ਸਰਫਿੰਗ ਰਿਜ਼ੋਰਟ 'ਚ ਸੁਰੱਖਿਆ ਵਧਾ ਦਿੱਤੀ ਗਈ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ ਕਿਹਾ ਗਿਆ ਹੈ ਕਿ ਅਰੁਗਮ ਬੇਸ ਐਂਡ ਸਪਾਟਾ ਖੇਤਰ ਵਿੱਚ ਲਗਭਗ 500 ਪੁਲਿਸ ਅਧਿਕਾਰੀ ਤੇ ਵਿਸ਼ੇਸ਼ ਟਾਸਕ ਫੋਰਸ ਦੇ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਸ਼੍ਰੀਲੰਕਾ ਦੇ ਮੁਸਲਿਮ ਘੱਟ ਗਿਣਤੀ ਸਮੂਹਾਂ ਨੇ ਲਗਾਤਾਰ ਇਜ਼ਰਾਈਲ ਵਿਰੋਧੀ ਪ੍ਰਦਰਸ਼ਨ ਕਰਕੇ ਗਾਜ਼ਾ ਤੇ ਲੇਬਨਾਨਨ ਨਾਟਿ ਉਦਾਂ ਦੀ ਨਿੰਦਾ ਕੀਤੀ ਹੈ ਇਸਲਾਮੀ کاروبਾਰੀ ਸਮੂਹ ਦੇ 22 ਮੈਂਬਰਾਂ ਤੇ ਸੰਕੜੇ ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਸੰਕੜੇ ਬੱਚਿਆਂ ਦੇ ਕਥਿਤ ਜਿਨਸੀ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇੱਕ ਇਸਲਾਮੀ ਵਪਾਰਕ ਸਮੂਹ ਤੇ ਮੌਕਾਜਕਾਰੀ ਅਧਿਕਾਰੀ ਤੇ ਇਹਦੇ 22 ਮੈਂਬਰਾਂ ਸਮੇਤ ਇੱਕ ਸੰਗਠਿਤ ਅਪਰਾਧਿਕ ਸੰਗਠਨ ਦਾ ਹਿੱਸਾ ਹੋਣ ਦਾ ਦੋਸ਼ ਲਗਾਇਆ ਗਿਆ ਹੈ ਪਿਛਲੇ ਮਹੀਨੇ ਸੰਸਾ ਨਾਲ ਜੁੜੇ ਵੈਲਫੇਅਰ ਹੋਮ ਤੋਂ 500 ਤੋਂ ਵੱਧ ਬੱਚਿਆਂ ਨੂੰ ਬਚਾਇਆ ਗਿਆ ਸੀ ਚੱਕਰਵਾਤੀ ਤੂਫਾਨ ਦਾਣਾ ਨੂੰ ਲੈ ਕੇ ਬੰਗਾਲ 오ੜੀਸਾ ਚ ਹਾਈ ਅਲਰਟ ਬੰਗਾਲ ਦੀ ਖਾੜੀ ਤੇ ਚੱਕਰਵਾਤੀ ਤੂਫਾਨ ਦਾਣਾ ਕਾਰਨ ਨੁਕਸਾਨ ਦੀ ਸੰਭਾਵਨਾ ਦੇ ਮੱਦੇਨਜ਼ਰ ਬੰਗਾਲ ਚ ਹਾਈ ਅਲਰਟ ਜਾਰੀ ਕੀਤਾ ਗਿਆ ਰਾਜ ਸਰਕਾਰ ਤੇ ਪ੍ਰਸ਼ਾਸਨ ਨੇ ਚੱਕਰਵਾਤ ਨਾਲ ਲਜਿਟਣ ਲਈ ਪੂਰੀ ਤਰ੍ਹਾਂ ਨਾਲ ਤਿਆਰੀਆਂ ਕਰਨ ਤੇ ਜ਼ਰੂਰੀ ਸਾਵਧਾਨੀ ਦੇ ਉਪਾਅ ਕਰਨ ਦਾ ਦਾਵਾ ਕੀਤਾ ਸੂਬੇ ਦੇ ਨਾਲ ਤੱਟੀ ਤੇ ਆਸ-ਪਾਸ ਦੇ ਜ਼ਿਲ੍ਹਿਆਂ ਦੇ ਸਾਰੇ ਸਕੂਲ ਤੇ ਕਾਲਜ ਬੋਧਵਾਰ ਤੋਂ ਸ਼ਨੀਵਾਰ ਤੱਕ ਬੰਦ ਕਰ ਦਿੱਤੇ ਗਏ ਤਾਜ ਸਰਕਾਰ ਦੇ ਸੂਤਰਾਂ ਦੇ ਅਨੁਸਾਰ ਜੇਕਰ ਗੱਲ ਕੀਤੀ ਜਾਏ ਤਾਂ ਹੁਣ ਤੱਕ ਲਗਭਗ 1.5 ਲੱਖ ਲੋਕਾਂ ਨੂੰ ਨੀਵੀਂ ਇਲਾਕਿਆਂ ਚੋਂ ਕੱਢ ਕੇ ਸੁਰੱਖਿਤ ਥਾਵਾਂ 'ਚ ਲਿਜਾਇਆ ਗਿਆ ਹੈ ਲਖੀਮਪੁਰ ਖੀਰੀ ਹਿੰਸਾ ਸੁਪਰੀਮ ਕੋਰਟ ਨੇ 2021 ਦੀ ਲਖੀਮਪੁਰ ਖੀਰੀ ਹਿੰਸਾ ਨਾਲ ਸੰਬੰਧਿਤ ਕਤਲ ਕੇਸ ਮੁਲਜਮ ਤੇ ਸਾਬਕਾ ਕੇਂਦਰੀ ਮੰਤਰੀ ਆਜੇ ਮਿਸ਼ਰਾ ਚਿੱਨੀ ਦੇ ਪੁੱਤਰ ਸ਼ੀਸ਼ ਮਿਸ਼ਰਾ ਨੂੰ ਇਸ ਤੇ ਲਗਾਈਆਂ ਜ਼ਮਾਨਤ ਸ਼ਰਤਾਂ ਦੀ ਸਖਤੀ ਨਾਲ ਪਾਲਾ ਕਰਨ ਦਾ ਨਿਰਦੇਸ਼ ਦਿੱਤਾ ਹੈ ਜ ਜੱਜ ਸੁਰਿਆਕਾਂਤ ਜੱਜਿਸ ਦੀਪੰਕਰ दत्ता ਤੇ ਜੱਜਿਸ ਉਝਲ ਪੁਈਆ ਦੀ ਬੈਂਚ ਨੇ ਇਸ ਤੋਂ ਪਹਿਲਾਂ ਪੀੜਤਾਂ ਨੂੰ ਮਾਨਹਾਨੀ ਪਟੀਸ਼ਨ ਦਾਇਰ ਕਰਨ ਦੀ ਇਜਾਜ਼ਤ ਦੇ ਦਿੱਤੀ ਇਸ ਪਟੀਸ਼ਨ 'ਚ ਦੋਸ਼ ਲਾਇਆ ਗਿਆ ਕਿ ਮਿਸ਼ਰਾ 2 ਜੁਲਾਈ ਨੂੰ ਜੰਮ ਤੱਕ ਰੈਲੀ ਕਰਕੇ ਜ਼ਮਾਨਤ ਦੀਆਂ ਸ਼ਰਤਾਂ ਦੀ ਲੰਘਣਾ ਕੀਤੀ ਹੈ ਬਾਬਾ ਸਿਦੀਕੀ ਦੀ ਹੱਤਿਆ ਮਾਮਲੇ ਵਿੱਚ 11ਵੀਂ ਗ੍ਰਿਫਤਾਰੀ ਮੁੰਬਈ ਪੁਲਿਸ ਨੇ ਬਾਬਾ ਸਿਦੀਕੀ ਦੀ ਹੱਤਿਆ ਸਬੰਧੀ ਇੱਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਦੇ ਨਾਲ ਹੀ ਇਸ ਮਾਮਲੇ 'ਚ ਗ੍ਰਿਫਤਾਰ ਵਿਅਕਤੀਆਂ ਦੀ ਗਿਣਤੀ 11 ਹੋ ਗਈ ਹੈ ਮੁਲਜ਼ਮ ਦੀ ਪਛਾਣ ਅਮਿਤ ਹਿਸਾਮ ਸਿੰਘ ਕੁਮਾਰ ਵਜੋਂ ਹੋਈ ਹੈ ਤੇ ਹੋਰ ਮੁਲਜ਼ਮਾਂ ਤੋਂ ਪੁੱਛ ਪੜਤਾਲ ਦੌਰਾਨ ਅਪਰਾਧ 'ਚ ਉਸਦੀ ਭੂਮਿਕਾ ਸਾਹਮਣੇ ਆਉਣ ਮਗਰੋਂ ਮੁਲਜ਼ਮ ਨੂੰ ਹਰਿਆਣਾ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਚੰਦਰਮਾਲ ਕਾਂਵਲੋ ਕੇਂਦਰੀ ਖੁਰਾਕ ਮੰਤਰੀ ਨਾਲ ਮੀਟਿੰਗ ਕੇਂਦਰ ਸਰਕਾਰ ਨੇ ਪੰਜਾਬ ਚ ਝੋਨੇ ਦੀ ਖਰੀਦ ਤੇ ਲਿਫਟਿੰਗ ਦੇ ਬਣੇ ਸੰਕਟ ਨੂੰ ਨਿਜਠਣ ਲਈ ਚਾਰ ਦਿਨਾਂ ਦੀ ਮੋਲਤ ਮੰਗੀ ਹੈ ਕੇਂਦਰੀ ਖਾਣਕ ਮੰਤਰੀ ਪ੍ਰਹਲਾਦ ਜੋਸ਼ੀ ਨੇ ਪੰਜਾਬ ਦੇ ਛਾਲਰ ਮਾਲਕਾਂ ਨਾਲ ਮੀਟਿੰਗ ਕੀਤੀ ਹੈ ਇਹਦੇ ਚ ਛਾਲਰ ਮਾਲਕਾਂ ਨੇ ਕਿਹਾ ਕਿ ਜੇ ਕੇਂਦਰ ਨੇ ਫਸਲੀ ਖਰੀਦ ਤੇ ਲਿਫਟਿੰਗ ਦੇ ਹਾਲੀ ਦਖਲ ਨਾ ਦਿੱਤਾ ਤਾਂ ਪੰਜਾਬ 'ਚ ਅਮਨ ਕਰੂਨ ਦੀ ਸਥਿਤੀ ਵਿਗੜ ਸਕਦੀ ਹੈ ਹੁਣ ਮਾਮਲਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲ ਜਾਵੇਗਾ ਜਿਨ੍ਹਾਂ ਵੱਲੋਂ ਆਖਰੀ ਫੈਸਲਾ ਲਿਆ ਜਾਣਾ ਹੈ ਕਿਸਾਨਾਂ ਵੱਲੋਂ 51 ਥਾਵਾਂ ਤੇ ਪੱਕੀ ਮੋਰਚੀ ਜਾਰੀ ਪੰਜਾਬ ਦੀਆਂ ਮੰਡੀਆਂ ਚ ਝੋਨੇ ਦੀ ਨਿਰਵਗਣ ਖਰੀਦ ਤੇ ਚੁਕਾਈ ਸ਼ੁਰੂ ਨਾ ਹੋਣ ਦੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ ਵੱਲੋਂ ਸੂਬੇ ਵਿੱਚ ਆਪ ਦੇ ਮੰਤਰੀਆਂ ਵਿਧਾਇਕਾਂ ਭਾਜਪਾ ਆਗੂਆਂ ਤੇ ਟੋਲ ਪਲਾਜ਼ਾਂ 'ਸਣੇ 51 ਥਾਵਾਂ ਸ਼ੁਰੂ ਕੀਤੇ ਪੱਕੇ ਮੋਰਚੇ ਜਾਰੀ ਰਹੇ ਐ ਇਸ ਵਾਕੀ ਵੱਡੀ ਗਿਣਤੀ ਕਿਸਾਨ ਮਜ਼ਦੂਰ ਆਰਥਾ ਬਜ਼ੁਰਗਾਂ ਤੇ ਨੌਜਵਾਨਾਂ ਨੇ ਸ਼ਮੂਲਿਤ ਕੀਤੀ ਹੈ ਇਸ ਦੌਰਾਨ ਕਿਸਾਨ ਜਥੇਬੰਦੀ ਦੇ ਆਗੂਆਂ ਨੇ ਪੰਜਾਬ ਦੀਆਂ ਵੰਡੀਆਂ ਚ ਕਿਸਾਨਾਂ ਦੀ ਖੱਜਲ ਖਵਾਰੀ ਖਤਮ ਕਰਕੇ ਚੋਣ ਦੀ ਨਿਰਵਿਘਨ ਖਰੀਦ ਤੇ ਚੋਕਾਈ ਸ਼ੁਰੂ ਹੋਣ ਤਾਂ ਕਿ ਪੱਕੇ ਮੋਰਚੇ ਜਾਰੀ ਰੱਖਣ ਦਾ ਅਹਦ ਲਿਆ ਸ਼ੋਮਨੀ ਕਾਲੀਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪਾਰਟੀ ਦਫ਼ਤਰ ਚ ਮੀਡੀਆ ਕਾਨਫਰੰਸ ਕਰਕੇ ਵਿਧਾਨ ਸਭਾ ਹਲਕਾ ਗਿੱਦੜਵਾਹਾ ਜਿਮਨੀ ਚੋਣ ਲਈ ਸੁਖਰਾਜ ਸਿੰਘ ਨਿਆਮੀ ਵਾਲਾ ਨੂੰ ਪਾਰਟੀ ਮੀਂਦਵਾਰ ਲਾਣਿਆ ਸਿਮਰਨਜੀਤ ਸਿੰਘ ਮਾਨ ਨੇ ਦੱਸਿਆ ਕਿ ਸੁਖਰਾਜ ਸਿੰਘ ਨਿਆਮੀਵਾਲਾ ਬਾਬਲਕਲਾ ਗੋਲੀਕਾਂ ਚ ਮਾਰੇਗੇ ਭਾਈ 크੍ਰਿਸਚਨ ਭਗਵਾਨ ਸਿੰਘ ਦੇ ਪੁੱਤਰ ਹੈ ਜਿਹੜ੍ਹ 2015 ਤੋਂ ਹੀ ਗੁਰੂਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਤੇ ਆਪਣੇ ਪਿਤਾ ਦੀ ਮੌਤ ਦਾ ਇਨਸਾਫ ਲੈਣ ਲਈ ਸੜਕਾਂ ਤੇ ਸੰਘਰਸ਼ ਕਰ ਰਿਹਾ ਹੈ ਹੁਣ ਅਗੇ ਦਲਬਾਹਾ ਦੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਸੁਖਰਾਜ ਸਿੰਘ ਨਿਆਮੀਵਾਲਾ ਨੂੰ ਚਿਤਾ ਕੇ ਵਿਧਾਨ ਸਭਾ ਭੇਜਣ ਤਾਂ ਕਿ ਇਨਸਾਫ ਲਈ ਸੜਕ ਦੀ ਬਜਾਏ ਵਿਧਾਨ ਸਭਾ ਚ ਆਵਾਜ਼ ਬੁਲੰਦ ਕੀਤੀ ਜਾ ਸਕੇ ਸ਼ੋਮਨੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸ਼ਿਕਾਲ ਤੱਕ ਸਾਹਿਬ ਤੋਂ ਫਿਲਹਾਲ ਕੋਈ ਰਾਹਤ ਨਹੀਂ ਮਿਲੀ ਜਿਦੇ ਕਾਰਕਿਓ ਸਿੰਘ ਸਾਹਿਬਾਨ ਦੇ ਅਗਲੀ ਫੈਸਲੇ ਤੱਕ ਪਾਰਟੀ ਸਰਗਰਮੀਆਂ 'ਚੋਂ ਹਾਲੇ ਗੈਰਹਾਜ਼ਰ ਰਹਿਣਗੇ ਸ਼ੋਮਨੀ ਅਕਾਲੀ ਦਲ ਦੇ ਵਫ਼ਦ ਵੱਲੋਂ ਸ਼ਾਮ ਨੂੰ ਸ਼ਿਕਾਲ ਤੱਕ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨਾਲ ਮੁਲਾਕਾਤ ਕੀਤੀ ਗਈ ਸੀ ਵਫ਼ਦ ਨੇ ਜਥੇਦਾਰ ਨੂੰ ਮਨੁਪਤਾ ਦੇ ਕੇ ਜਿਮਨੀ ਚੋਣਾ ਦੇ ਹਵਾਲੇ ਨਾਲ ਸੁਖਬੀਰ ਸਿੰਘ ਬਾਦਲ ਨੂੰ ਇਸ ਮਾਮਲੇ 'ਚ ਛੋਟ ਦੇਂਦੀ ਅਪੀਲ ਕੀਤੀ ਸੀ ਯੂਟੀ ਮੁਲਾਜ਼ਮਾਂ ਤੇ ਵਰਕਰਾਂ ਵੱਲੋਂ ਚੰਡੀਗੜ੍ਹ ਸਕੱਤਰੀ ਸਾਹਮਣੇ ਪ੍ਰਦਰਸ਼ਨ ਕੋਆਰਡੀਨੇਟਰ ਕਮੇਟੀ ਆਫ ਕਾਮਨ ਟੈਂਡਰ ਐਮਸੀ EMPLOYES ਐਂਡ WORKERS ਯੂਟੀ ਚੰਡੀਗੜ੍ਹ ਦੇ ਬੈਨਰ ਹੇਠ ਪਰਕਰ ਵੱਲੋਂ ਸੈਕਟਰ 9 ਸੇ ਯੂਟੀ ਸਕੱਤਰੀ ਦੇ ਸਾਹਮਣੇ ਪ੍ਰਸ਼ਾਸਨ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਹੈ। ਉਹਨਾਂ ਮੰਗ ਕੀਤੀ ਹੈ ਕਿ ਆਊਟਸੋਰਸਡ ਵਰਕਰਾਂ ਨੂੰ ਦੀਵਾਲੀ ਤੋਂ ਪਹਿਲਾਂ ਬਕਾਇਆ ਤਨਖਾਹ ਤੇ ਬੋਨਸ ਦਾ ਭੁਗਤਾਨ ਕੀਤਾ ਜਾਵੇ। ਇਹਦੇ ਨਾਲ ਹੀ ਉਹਨਾਂ ਬਰਾਬਰ ਕੰਮ ਬਰਾਬਰ ਤਨਖਾਹ ਦਾ ਫਾਰਮੂਲਾ ਲਾਗੂ ਕਰਨ ਦੀ ਵੀ ਮੰਗ ਕੀਤੀ ਹੈ। ਇਹਨਾਂ ਤਿੰਨੋਂ ਸਾਰੇ ਡੀਸੀ ਦਫ਼ਤਰਾਂ ਦਾ ਕੀਤਾ ਜਾਵੇਗਾ ਕਿਰਾਓ ਸਿੱਖ ਕਿਸਾਨ ਮੋਰਚਾ ਜਿਸ ਸ਼ਾਮਿਲ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਚੁਣਨੀ ਦੀ ਨਿਰਵਿਘਨ ਖਰੀਦ ਤੇ ਲਿਫਟਿੰਗ ਦਾ ਮਸਲਾ ਹੱਲ ਕਰਨ ਲਈ 2 ਦਿਨ ਦੇ ਮਿਲੇ ਪਰੋਸੇ ਮਗਰੋਂ ਹਾਲਾਤਾਂ ਦਾ ਜਾਇਜ਼ਾ ਲੈਣ ਉਪਰੰਤ ਅਗਲੇ ਸੰਘਰਸ਼ ਦਾ ਐਲਾਨ ਕੀਤਾ ਹੈ ਇਸ ਸੈਰ ਤੋਂ 25 ਅਕਤੂਬਰ ਨੂੰ ਸਵੇਰ ਪਾਰ ਵਿੱਚ ਮੰਡੀਆਂ ਨੇੜੇ ਪ੍ਰਮੁੱਖ ਸੜਕੀ ਮਾਰਗਾਂ 'ਤੇ ਸਵੇਰੇ 11 ਤੋਂ ਬਾਅਦ ਦੁਪਹਿਰ 3 ਵਜੇ ਤੱਕ ਚੱਕਾ ਜਾਮ ਕਰਨ ਤੇ 29 ਅਕਤੂਬਰ ਨੂੰ ਸਵੇਰੇ ਦੇ ਸਾਰੇ ਡਿਪਟੀ ਕਮਿਸ਼ਨਰ ਦਫ਼ਤਰਾਂ ਦੇ ਸਵੀਰ 11 ਤੋਂ ਬਾਅਦ ਦੁਪਹਿਰ 3 ਵਜੇ ਤੱਕ ਮੁਕੰਮਲ ਕਿਰਾਉ ਕੀਤੇ ਜਾਣਗੇ ਪੁੰਦੜ ਅਤੇ ਕੋਰ ਕਮੇਟੀ ਮੈਂਬਰਾਂ ਨੂੰ ਤਨਖਾਹ ਲਗਾਉਣ ਦੀ ਮੰਗ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਰਨਲਿਸਟ ਕਰਤਾ ਜਗਦੀਪ ਸਿੰਘ ਕਾਲੂ ਨੇ ਸ਼ਿਕਾਲ ਤੱਕ ਸਾਹ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਸ਼ੋਮਨੀ ਅਕਾਲੀ ਦਲ ਦੇ ਆਗੂ ਬਿਰਸਾ ਸਿੰਘ ਵਲਟੋਹਾ ਨੂੰ ਪਾਰਟੀ ਚੋਂ ਨਾਂ ਕੱਢਣ ਤੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਤੇ ਸਮੂਹ ਕੋਰ ਕਮੇਟੀ ਮੈਂਬਰਾਂ ਨੂੰ ਸ਼ਿਕਾਲ ਤੱਕ ਸਾਹਿਬ ਤੇ ਤਲਬ ਕਰਕੇ ਤਨਖਾਹ ਲਗਾਈ ਜਾਵੇ ਭਾਜਪਾ ਵੱਲੋਂ ਅਰਵਿੰਦ ਕੇਜਵਾਲ ਖਿਲਾਫ ਪ੍ਰਦਰਸ਼ਨ ਦਿੱਲੀ ਪ੍ਰਦੇਸ਼ ਭਾਜਪਾ ਵੱਲੋਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਵਾਲ ਖਿਲਾਫ ਦਿੱਲੀ ਦੇ ਵੱਖ-ਵੱਖ ਖੇਤਰਾਂ ਵਿੱਚ ਪ੍ਰਦਰਸ਼ਨ ਕੀਤੇ ਗਏ ਐ ਤੇ ਕੇਜਵਾਲ ਤੇ ਮੁੱਖ ਮੰਤਰੀ ਨਿਵਾਸ ਤੋਂ ਸਮਾਨ ਚੋਰੀ ਕਰਨ ਦੇ ਦੋਸ਼ ਲਾਏ ਐ ਦਿੱਲੀ ਪ੍ਰਦੇਸ਼ ਭਾਜਪਾ ਪ੍ਰਧਾਨ ਵਰਿੰਦਰ ਸੱਚਦੀਵਾ ਦੀ ਗਵਾਹੀ ਹੇਠ ਪ੍ਰਦਰਸ਼ਨ ਕੀਤੇ ਗਏ ਐ ਤੇ ਪ੍ਰਦਰਸ਼ਨਕਾਰੀਆਂ ਦੇ ਹੱਥਾਂ 'ਚ ਤਕਤੀਆਂ ਫੜੀਆਂ ਹੋਈਆਂ ਸੀ ਜਿਨ੍ਹਾਂ ਤੇ ਕੇਜਵਾਲ ਨੂੰ ਨਿਸ਼ਾਨਾ ਬਣਾਇਆ ਗਿਆ ਐ ਏਸੀ ਹੁਣ ਤੱਕ ਦੀਆਂ ਅਪਡੇਟਸ ਮੈਨੂੰ ਆਸਿਦ ਹੁੰਦੇ ਹੋ ਜਾਜ ਸਤਿ ਸ਼ਕਾਲ